ਕਿ ਕਦੇ ਸੁੱਤੇ ਪਿਆ ਹਾਂਜੀ ਸ੍ਰੀ ਗੋਬਿੰਦਪੁਰ ਗਏ ਹੋ? ਹਾਂਜੀ ਕਈ ਵਾਰੀ ਗਏ। ਕੀ ਦੇਖਿਆ ਜਾ? ਬਾ ਉਹੋ ਹੀ ਮਾਹੌਲ, ਉੱਥੇ ਤੇ ਗਲਿੰਪਸਿਸ ਹੁੰਦੇ, ਘੜੀ ਕ ਆਇਆ ਕੋਈ ਝਟਕਾ ਤੇ ਫਿਰ ਅੱਖ ਖੁੱਲ ਗਈ। ਮੈਂ ਤਾਂ ਇਸ ਤਰ੍ਹਾਂ ਯਾਦ ਕੀਤੀਆਂ ਤਾਂ ਹੈ, ਔਰ ਮੈਂ ਕਿਹਾ ਮੈਂ ਮੁਨੀਰ ਹਾਂ ਯਾਰ। ਓਏ ਹੋਏ, ਭੁੱਲਰਾਂ ਦਾ ਮੁੰਡਾ? ਹਾਂ, ਤੂੰ ਗੁਰਬਖਸ਼ ਸਿੰਘ। ਉਹ ਰੋ ਪਿਆ, ਉਹ ਵੀ ਰੋ ਪਿਆ। ਅੱਛਾ, ਯਾਨੀ ਇਹ ਇੱਕ ਸਿਚੁਏਸ਼ਨ ਬਣ ਗਈ ਐਸੀ ਜਿਹਨੂੰ ਫਾਰ ਐਵਰ ਮੈਂ ਕਦੀ ਭੁੱਲਿਆ ਨਹੀਂ। ਕੋਈ ਨਹੀਂ ਸੀ ਹੁੰਦੀ ਆ ਸਨ 47 'ਚ, ਸਰਕਾਰੀ ਨਾਰਿਆਂ ਨੇ ਦੂਸਰਿਆਂ ਨੇ ਉਹ ਜੁਦਾਈਆਂ ਮੁਖਾਲਫ ਪਹਿਲੇ ਨਹੀਂ ਸੀ? ਨਹੀਂ, ਪਹਿਲੇ ਕੋਈ ਸਾਡੇ ਘਰ ਸਿੱਖ ਆਉਂਦੇ ਸੀ, ਹਿੰਦੂ ਆਉਂਦੇ ਸੀ, ਅਸੀਂ ਜਾਂਦੇ ਸੀ, ਉਹ ਕੋਈ ਐਸਾ ਗੱਲ ਨਹੀਂ ਸੀ। ਜਿੱਥੋਂ ਤੁਸੀਂ ਟਿੱਕੀਆਂ ਟਾਫੀਆਂ ਟਾਫੀਆਂ ਲੈਂਦੇ ਸੀ, ਉਹ ਹੀਰਾ ਲਾਲ ਸੀ, ਇੱਕ ਹੀਰਾ ਲਾਲ, ਉਹਦਾ ਨਾਮ ਮੈਨੂੰ ਯਾਦ ਆ। ਉਹਦੇ ਕੋਲ ਅਸੀਂ ਚਵਾਨੀ ਦਵਾਨੀ ਆਨਾ ਪੈਸਾ ਲੈ ਕੇ ਜਾਣਾ। ਅੱਛਾ, ਅਤੇ ਉਦੋਂ ਕਾਫਲੇ ਜਾ ਰਹੇ ਸੀ, ਕਦੇ ਕਾਫਲੇ 50-50 ਲਾਸ਼ਾਂ ਪਈਆਂ ਸੜਕ 'ਤੇ। ਅੱਛਾ, ਉਹ ਚੁੱਕ ਕੇ ਇੱਕ ਪਾਸੇ ਕਰਦੇ ਸੀ, ਰਸਤਾ ਬਣਾਉਂਦੇ ਸੀ। ਇਹ ਇੰਨੇ ਲੋਕ ਮਰੇ ਪਏ? ਹਾਂਜੀ ਹਾਂਜੀ ਹਾਂਜੀ, ਬਿਲਕੁਲ। ਆਪਣੇ ਹੱਥਾਂ ਨਾਲ ਮੈਂ ਲਾਸ਼ਾਂ ਖਿੱਚੀਆਂ, ਆਰਮੀ ਦੇ ਚੰਗੀ ਲੱਗੀ। ਇਸ ਟਾਈਮ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਪਾਕਿਸਤਾਨ ਦੇ ਸਕਾਊਟ ਨੇ, ਹਾਂਜੀ, ਉਹਨਾਂ ਦੇ ਮੇਨ ਜਿਹੜੇ ਬਾਬਾ ਜੀ ਨੇ ਉਹ ਤੁਸੀਂ ਹੋਈ ਹੈ? ਤੁਹਾਡੀ ਵੱਡੀ, ਤੁਹਾਡੇ ਤੋਂ ਵੱਡੀ ਉਮਰ ਦਾ ਵੀ ਕੋਈ? ਨਹੀਂ, ਕੋਈ ਨਹੀਂ ਗਾ ਬਾਬਾ। ਇਸ ਪਤਾ ਉਹ ਲਵਾਰਸ ਬੱਚਾ ਉਸ ਜ਼ਮਾਨੇ ਦਾ 5 ਵਾਰ ਪਾਕਿਸਤਾਨ ਦੇ ਸਦਰ ਕੋਲੋਂ ਐਵਾਰਡ ਲਏ ਆ ਉਹਨੇ, ਉਹ ਸਾਡੇ ਨਾਲ ਬੈਠਾ। ਹਾਂ, ਉਹ ਬੈਠਾ। ਔਰ ਇਹ ਨਾਅਰੇ ਮਾਰਦੇ ਆ ਜਿਹੜੇ ਸਿਆਸਤਦਾਨ, ਇਹ ਲੋਕਾਂ ਨੂੰ ਲੜਾਉਂਦੇ, ਲੋਕਾਂ ਨੂੰ ਮਰਵਾਉਂਦੇ, ਨਫ਼ਰਤਾਂ ਫੈਲਾਉਂਦੇ, ਇਹ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ, ਇਹ ਨਹੀਂ ਹੋਣਾ ਚਾਹੀਦਾ। ਅਸਲਾਮੁ ਅਲੈਕੁਮ ਜੀ। ਵਾਲੇਕੁਮ ਸਲਾਮ ਵਰਹਿਮਤੁਲਾ। ਸਰ ਜੀ, ਆਪਣਾ ਤਾਰਫ ਕਰਵਾਓ ਕਿ ਕਿੱਥੋਂ ਤਸ਼ਰੀਫ ਲਿਆਏ ਹੋ ਅਤੇ ਕੀ ਨਾਮ? ਮੈਂ ਤਾਂ 75 ਸਾਲ ਪਹਿਲੋਂ ਜੀ ਇੰਡੀਆ ਸੇ ਤਸ਼ਰੀਫ ਪਾਕਿਸਤਾਨ ਨੂੰ ਪਹੁੰਚੇ ਤੇ। ਅੱਛਾ, ਡਿਸਟ੍ਰਿਕਟ ਗੁਰਦਾਸਪੁਰ, ਠੀਕ ਹੈ, ਔਰ ਡਿਸਟ੍ਰਿਕਟ ਹੁਸ਼ਿਆਰਪੁਰ। ਅੱਛਾ, ਇਹ ਮੇਰੇ ਦੋਨੋਂ ਡਿਸਟ੍ਰਿਕਟ ਮੇਰੇ ਹੋਮ ਡਿਸਟ੍ਰਿਕਟ ਥੇ। ਹੁਸ਼ਿਆਰਪੁਰ ਅਤੇ ਗੁਰਦਾਸਪੁਰ ਤੁਹਾਡੀ ਫੈਮਿਲੀ ਸੈਟਲ? ਜੀ ਹਾਂ ਜੀ ਹਾਂ ਜੀ, 47 ਤੋਂ ਪਹਿਲੇ। ਜੀ ਹਾਂ ਜੀ ਹਾਂ ਜੀ। ਅਤੇ ਤੁਹਾਡਾ ਪੂਰਾ ਨਾਮ ਕੀ ਹੈ ਜੀ? ਮੁਨੀਰ ਅਹਿਮਦ ਭੁੱਲਰ। ਮੁਨੀਰ ਅਹਿਮਦ ਭੁੱਲਰ, ਹਾਂ ਜੀ। ਇਹ ਪਹਿਲੇ ਤਾਂ ਇਹ ਦੱਸ ਦਿਓ ਕਿ ਭੁੱਲਰ ਕਿਹਨਾਂ ਨੂੰ ਕਹਿੰਦੇ ਨੇ? ਭੁੱਲਰ ਜ਼ਾਤ ਆ ਇੱਕ ਜੱਟ ਕੌਮ ਦੀ, ਜੱਟ ਕੌਮ ਦੀ ਨੀ ਸ਼ੋਭਾ ਹੈ, ਇੱਕ ਸ਼ਾਖ ਆ। ਇਹ ਕਿੱਥੇ ਬੈਠੇ ਨੇ ਜ਼ਿਆਦਾ ਭੁੱਲਰ? ਇਹ ਸਕੈਟਲਡ ਨੇ, ਇੱਕ ਜਗ੍ਹਾ ਇਹਨਾਂ ਦਾ ਮਰਕਜ਼ ਨਹੀਂ ਗਾ। ਵੈਸੇ ਚੀਚਾ ਵਤਨੀ ਵੀ ਬੈਠੇ ਨੇ, ਉਹਦੇ ਇਰਦ ਗਿਰਦ ਵੀ ਬੈਠੇ ਨੇ, ਸਿੰਧ 'ਚ ਵੀ ਭੁੱਲਰ ਨੇ, ਭੁੱਲਰ ਬੈਠੇ ਨੇ। ਜੀ ਹਾਂ, ਨੁਸ਼ਹਿਰੋ ਫਿਰੋਜ਼ ਦੇ ਇਲਾਕੇ 'ਚ ਸਿੰਧੀ ਭੁੱਲਰ ਹੈ। ਤੁਹਾਡੀ ਤਾਰੀਖ ਪੈਦਾਇਸ਼ ਕੀ ਹੈ ਜੀ? 1-12-34 ਮੇਰੀ ਰਿਕਾਰਡ ਆ। ਵੈਸੇ ਮੇਰੇ ਵੱਡੇ ਕਹਿੰਦੇ ਆ ਕਿ 1-12-32 ਆ ਮੇਰੀ ਪੈਦਾਇਸ਼, 1-12-32 ਜਦੋਂ 1900 ਪਾਕਿਸਤਾਨ ਬਣਦਾ। ਹਾਂਜੀ, ਮੁਤਹਿਦਾ ਹਿੰਦੁਸਤਾਨ ਸੀ, ਦੋ ਮੁਲਕ ਵੱਖਰੇ ਵੱਖਰੇ ਹੋ ਗਏ। ਸਹੀ ਸਹੀ। ਉਦੋਂ ਆਪਣੀ ਕਿੰਨੀ ਉਮਰ ਸੀ? 17 ਸਾਲ ਦੀ ਸੀ, ਮੈਂ ਮੈਟ੍ਰਿਕ ਵਗੈਰਾ ਪਾਸ। ਫਿਰ ਤਾਂ ਤੁਸੀਂ ਜਵਾਨ ਸੋ? ਮੈਂ ਜਵਾਨ ਸੀ ਜੀ, ਬਿਲਕੁਲ। ਤਹਿਰੀਕਾਂ 'ਚ ਹਿੱਸਾ ਲਿਆ, ਜਿਹੜੀਆਂ ਆਜ਼ਾਦੀ ਦੀ ਤਹਿਰੀਕਾਂ ਦੇ ਵਿੱਚ। ਕਿਹੜਾ ਸਕੂਲ ਸੀ ਤੁਹਾਡਾ ਉਦੋਂ ਜਦੋਂ ਤੁਸੀਂ? ਗੌਰਮੈਂਟ ਸਕੂਲ ਸ੍ਰੀ ਗੋਬਿੰਦਪੁਰ 'ਚ ਮੈਂ ਬੁਨਿਆਦੀ ਤੌਰ 'ਤੇ ਤਾਲੀਮ ਹਾਸਲ ਕੀਤੀ। ਗੋਬਿੰਦਪੁਰ ਕੋਈ ਪਿੰਡ ਸੀ? ਹਾਂਜੀ, ਅਤੇ ਮਿਆਣੀ ਪਠਾਣਾ ਦੀ ਸੀ, ਇਹ ਹੁਸ਼ਿਆਰਪੁਰ 'ਚ ਤਹਿਸੀਲ ਪਠਾਣਾ, ਪਠਾਣਾ ਦੀ ਤਹਿਸੀਲ ਦਸੂਆ ਸੀ। ਦਸੂਆ ਤੁਹਾਡਾ ਬੇਸਿਕ ਪਿੰਡ ਕਿਹੜਾ ਸੀ? ਸ੍ਰੀ ਗੋਬਿੰਦਪੁਰ, ਸ੍ਰੀ ਬਟਾਲਾ, ਬਟਾਲਾ ਤਹਿਸੀਲ ਬਟਾਲਾ, ਜ਼ਿਲ੍ਹਾ ਜ਼ਿਲ੍ਹਾ ਗੁਰਦਾਸਪੁਰ। ਗੁਰਦਾਸਪੁਰ, ਹਾਂਜੀ। ਅਤੇ ਤੁਸੀਂ ਉਦੋਂ ਮੈਟ੍ਰਿਕ 'ਚ ਸੀ? ਹਾਂਜੀ ਹਾਂਜੀ। ਅਤੇ ਤੁਸੀਂ ਜਿਹੜੀ ਪਹਿਲੀ ਜਮਾਤ ਹੁੰਦੀ ਜਿਹਨੂੰ ਕਹਿੰਦੇ ਸਨ ਕੱਚੀ ਅਤੇ ਪੱਕੀ, ਹਾਂਜੀ ਹਾਂਜੀ, ਉਹ ਕਿੱਥੇ ਪੜ੍ਹੀ ਸੀ? ਉੱਥੇ ਜੀ, ਸ੍ਰੀ ਗੋਬਿੰਦਪੁਰ ਹੀ ਪੜ੍ਹੀ। ਸ੍ਰੀ ਗੋਬਿੰਦਪੁਰ, ਹਾਂ। ਕੁਛ ਦੇਰ ਮੈਂ ਮਿਆਣੀ ਪਠਾਣਾ ਦੀ ਵੀ, ਮੇਰੇ ਨਾਨਕੇ ਵੀ ਸੀ ਉੱਥੇ। ਅੱਛਾ, ਅਤੇ ਉਹ ਵੀ ਭੁੱਲਰ ਸੀ? ਉਹ ਵੀ ਭੁੱਲਰ ਹੀ ਸੀ। ਅੱਛਾ, ਇਹ ਜਿਹੜਾ ਆਪਣਾ ਪਿੰਡ ਸੀ ਸ੍ਰੀ ਗੋਬਿੰਦਪੁਰ, ਇਹ ਕਿਵੇਂ ਦਾ ਸੀ, ਇਹਦਾ ਕੋਈ ਨਕਸ਼ਾ ਸਾਨੂੰ ਦੱਸੋ? ਇਹ ਦਰਿਆ ਬਿਆਸ ਦੇ ਕਿਨਾਰੇ 'ਤੇ ਸੀ।
ਦਰਿਆ ਬਿਆਸ ਬਹਿੰਦਾ ਸੀ ਉਹਦੇ ਬਿਲਕੁਲ ਕਿਨਾਰੇ ਦੇ ਉੱਤੇ ਪਿੰਡ ਸੀ ਬਟਾਲਾ ਤੋਂ 11 ਮੀਲ ਦੂਰ ਸੀ ਬਟਾਲੇ ਤੋਂ 11 ਮੀਲ ਦੂਰ ਅਤੇ ਬਿਆਸ ਦੇ ਕਿਨਾਰੇ ਦੇ ਉੱਤੇ ਸੀ ਅਤੇ ਕਿੱਡਾ ਕੁ ਪਿੰਡ ਸੀ ਜੀ ਇੱਥੇ ਹੈ ਸੀ ਆਬਾਦੀ ਕੋਈ 3 ਕੁ ਲੱਖ ਦੀ 2 ਲੱਖ ਰੁਪਏ ਦੀ ਆਬਾਦੀ ਹੈ ਸੀ ਇਹ ਪਿੰਡ ਦੀ ਜਾਂ ਇਲਾਕੇ ਪੂਰੇ ਦੀ ਨਹੀਂ ਜੀ ਪਿੰਡ ਦੀ ਬਹੁਤ ਵੱਡਾ ਪਿੰਡ ਸੀਗਾ ਅੱਛਾ ਹਾਂ ਵੱਡਾ ਪਿੰਡ ਇਹ ਜਿਹੜਾ ਆਪਣਾ ਪਿੰਡ ਸੀ ਹਾਂਜੀ ਇਹਦੇ ਮਤਲਬ ਕਿ ਜਿਹਨੂੰ ਪੱਟੀਆਂ ਕਹਿ ਲਓ ਜਾਂ ਮਹੱਲੇ ਕਹਿ ਲਓ ਉਹ ਕਿੰਨੇ ਕੁ ਸੀ ਕੋਈ ਮਹੱਲੇ ਸੀ ਕੋਈ 5-7 ਮਹੱਲੇ ਸੀ ਵੱਡੇ ਯਾਦ ਨਹੀਂ ਯਾਦ ਤਾਂ ਮੈਨੂੰ ਬਹੁਤੀਆਂ ਯਾਦ ਆ ਬੜੀ ਬੜੀ ਤਾਰੀਖੀ ਗੱਲਾਂ ਮੇਰੀ ਜ਼ਿੰਦਗੀ ਪਿੰਡ ਦੀ ਹਾਂਜੀ ਬਸ ਅਸੀਂ 2 ਦੋਸਤ ਸੀਗੇ ਅੱਛਾ ਅਤੇ ਇਹ ਤਾਰੀਖੀ ਗੱਲ ਇਸ ਵਾਸਤੇ ਆ ਕਿ ਮੇਰਾ ਇੱਕ ਦੋਸਤ ਗੁਰਬਖਸ਼ ਸਿੰਘ ਨਾਂ ਸੀ ਉਹਦਾ ਗੁਰਬਖਸ਼ ਸਿੰਘ ਤੁਹਾਡਾ ਦੋਸਤ ਸੀ ਅਤੇ ਇੱਕ ਸੀ ਹਰੀਦੱਤ ਹਰੀਦੱਤ ਹਾਂ ਉਹ ਹਿੰਦੂ ਸੀ ਠੀਕ ਹੈ ਅਸੀਂ ਤਿੰਨੋਂ ਮੌਲਵੀ ਮੁਹੰਮਦ ਹਨੀਫ ਸਾਹਿਬ ਚਵਿੰਡੇ ਦੇ ਵਿੱਚ ਆ ਕੇ ਆਬਾਦ ਹੋਏ ਸੀ ਇੱਥੇ ਚਵਿੰਡਾ ਜਿਹੜਾ 47 ਤੋਂ ਬਾਅਦ ਚਵਿੰਡੇ ਆ ਗਏ ਚਵਿੰਡੇ ਆ ਗਏ ਸੀ ਅੱਛਾ ਉਹ ਸਾਡੇ ਖਾਨਦਾਨੀ ਉਸਤਾਦ ਸੀਗੇ ਅੱਛਾ ਟੀਚਰ ਸੀ ਮੌਲਵੀ ਸੀ ਮੌਲਾਨਾ ਸੀਗੇ ਹਾਫਜ਼ੇ ਕੁਰਾਨ ਵੀ ਸੀ ਅਸੀਂ ਉਹਨਾਂ ਕੋਲ ਪੜ੍ਹਦੇ ਹੁੰਦੇ ਸੀ ਟਿਊਸ਼ਨ ਤੁਸੀਂ ਵੀ ਸਰਦਾਰਾਂ ਦਾ ਮੁੰਡਾ ਵੀ ਅਤੇ ਹਿੰਦੂਆਂ ਦਾ ਮੁੰਡਾ ਅਸੀਂ ਤਾਂ ਨਹੀਂ ਇੱਕੋ ਹੀ ਉਸਤਾਦ ਦੇ ਸ਼ਾਗਿਰਦ ਸੀਗੇ ਅੱਛਾ ਹਾਦਸਾ ਕੀ ਹੋਇਆ ਕਿ 1967 ਦੀ ਜੰਗ ਲੱਗੀ ਨਾ ਹਾਂਜੀ ਅਤੇ ਉਸ ਵੇਲੇ ਮੈਂ ਰੇਂਜਰਸ ਸੀਗਾ ਅੱਛਾ ਅਤੇ ਸਾਡਾ ਕਾਲ ਹੋ ਗਏ ਅਸੀਂ ਚਲੇ ਗਏ ਆਪਣੇ ਕਿਹੜੇ ਪਾਸੇ ਫਰੰਟ ਰਾਜਸਥਾਨ ਦੇ ਇਲਾਕੇ ਅਤੇ ਉੱਥੇ ਕਦੀ ਕਦੀ ਅਟੈਕ ਹੋ ਜਾਂਦਾ ਸੀ ਕਦੀ ਝੜਪ ਹੋ ਜਾਣੀ ਕਦੀ ਨੋ ਮੈਨ ਲੈਂਡ 'ਚ ਅਸੀਂ ਰੈਕਿੰਗ ਵੀ ਕਰਦੇ ਹੁੰਦੇ ਸੀ ਕਿ ਵੀ ਇਹ ਦੁਸ਼ਮਣ ਦਾ ਏਰੀਆ ਜਾਂ ਨੋ ਮੈਨ ਲੈਂਡ ਆ ਉੱਥੇ ਇੱਕ ਟਕਰਾਓ ਹੋ ਗਿਆ ਇੱਕ ਪੈਟਰੋਲਿੰਗ ਪਾਰਟੀ ਨਾਲ ਤੁਹਾਡਾ ਰੇਂਜਰ ਰੇਂਜਰ ਦਾ BSF ਨਾਲ ਆਰਮੀ ਇੰਡੀਅਨ ਆਰਮੀ ਨਾਲ ਇੰਡੀਅਨ ਆਰਮੀ ਉਹ ਵੀ 8 ਕੁ ਬੰਦੇ ਸੀ ਅਤੇ 8-9 ਅਸੀਂ ਸੀ ਊਠਾਂ ਦੇ ਉੱਤੇ ਸੀ ਅਸੀਂ ਉਹ ਵੀ ਊਠਾਂ 'ਤੇ ਸੀ ਹਾਂ ਅੱਛਾ ਉਹ ਟਕਰਾਓ ਹੋਇਆ ਅਤੇ ਇਤਫਾਕ ਨਾਲ ਉਹ ਅਸੀਂ ਉਹਨਾਂ ਨੇ 2-3 ਬੰਦੇ ਫੜ ਲਏ ਤੁਸੀਂ ਫੜ ਲਏ ਅਸੀਂ ਫੜ ਲਏ ਬਾਕੀ ਉਹ 5 ਚਲੇ ਗਏ ਉਹ ਫੜ ਲਏ ਅਸੀਂ ਅਤੇ ਲੈਣ ਦਾ ਅਸੀਂ ਉਸੇ ਵੇਲੇ ਪੱਟੀਆਂ ਉਹਨਾਂ ਦੇ ਅੱਖ 'ਤੇ ਬੰਨੀਆਂ ਅਤੇ ਆਪਣੇ ਮੇਜਰ ਸਾਹਿਬ ਜਿਹੜੇ ਸੀ ਉਹਨਾਂ ਦੇ ਪੇਸ਼ ਕਰਤਾ ਹਾਂ ਉਹ ਮੈਨੂੰ ਕਹਿੰਦੇ ਤੂੰ ਪੜ੍ਹਿਆ ਲਿਖਿਆ ਬੰਦਾ ਤੂੰ ਇਹਨੂੰ ਇੰਟੈਰੋਗੇਟ ਕਰ ਆਪ ਹੀ ਕਰ ਲਓ ਤੁਸੀਂ ਹਾਂ ਇਹਨੂੰ ਨਹੀਂ ਉਹ ਪੈਟ ਕੁਐਸਚਨ ਹੁੰਦੇ ਆ ਠੀਕ ਹੈ ਉਹ ਬਣੇ ਹੁੰਦੇ ਆ ਅਤੇ ਇਹਨਾਂ ਨੇ ਜਵਾਬ ਲਓ ਵੀ ਆਰਮੀ ਤੁਹਾਡੀ ਕਿਹੜੀ ਆ ਇੱਥੇ ਕਿਤਨੀ ਨਫਰੀ ਆ ਕਿਹੜੇ ਤਿਆਰ ਨੇ ਕਿਸ ਕਿਸਮ ਦੀ ਤਫਸੀਲ ਹੁੰਦੀ ਆ ਪੂਰੀ ਅਤੇ ਉਹਦਾ ਮੈਂ ਗੁਰਬਖਸ਼ ਸਿੰਘ ਉਹਦਾ ਮੈਂ ਪੁੱਛ ਲਿਆ ਵਾਂ ਕਿ ਤੂੰ ਤੁਹਾਡਾ ਕੀ ਨਾਂ ਹੈ ਸਰਦਾਰ ਜੀ ਕਹਿੰਦਾ ਮੇਰਾ ਨਾਂ ਗੁਰਬਖਸ਼ ਸਿੰਘ ਆ ਅੱਛਾ ਮੇਰਾ ਫੌਰਨ ਉੱਧਰ ਧਿਆਨ ਗਿਆ ਮੈਮਰੀ ਕਾਰਡ ਚੱਲਿਆ ਹਾਂ ਅਤੇ ਮੈਂ ਕਿਹਾ ਤੁਹਾਡਾ ਵਾਲਦ ਸਾਹਿਬ ਦਾ ਕੀ ਨਾਂ ਉਹ ਸੀ ਪੋਸਟ ਮਾਸਟਰ ਉਹਦਾ ਵਾਲਦ ਅੱਛਾ ਅਤੇ ਉਹਨੇ ਮੈਨੂੰ ਦੱਸਿਆ ਕਿ ਮੇਰੇ ਵਾਲਦ ਸਾਹਿਬ ਪੋਸਟ ਮਾਸਟਰ ਸੀ ਮੈਂ ਕਿੱਥੋਂ ਤੇਰਾ ਰਮਾਲਾ ਕਹਿੰਦਾ ਜੀ ਸ੍ਰੀ ਗੋਬਿੰਦਪੁਰ ਦਾ ਹੁਣ ਉਹਦੇ ਪੱਟੀ ਬੰਨੀ ਸੀ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਉਹਦੇ ਦਾੜੀ ਵਗੈਰਾ ਸਿੱਖਾਂ ਦੇ ਰਿਵਾਜ਼ ਦੇ ਮੁਤਾਬਕ ਬੱਚਾ ਸੀ ਉਹ ਗਰੋਨ ਅਪ ਹੋ ਗਿਆ ਉਹ ਨਾ ਮੈਨੂੰ ਦੇਖ ਸਕਦਾ ਸੀ ਨਾ ਤੁਸੀਂ ਮੈਂ ਉਹਨੂੰ ਪਛਾਣ ਸਕਦਾ ਨਾਮ ਤੋਂ ਪੂਰੇ ਇਲਾਕੇ 'ਚ ਜਿਸਲੇ ਉਹਨੇ ਨਾਮ ਲਿਆ ਨਾ ਤਾਂ ਮੇਰੇ ਕੋਲ ਕੋਈ ਡਿਸਿਪਲਿਨ ਕੋਈ ਗੱਲ ਮੇਰੇ ਆੜੇ ਨਹੀਂ ਆਈ ਅਤੇ ਮੈਂ ਉੱਠ ਕੇ ਜੱਫੀ ਪਾ ਲਈ ਉਹਨੂੰ
हैरान हो गया और मैं क्या मैं मुनीर हाँ यार भुलरा का मुंडा हाँ तू गुरबख्श सिंह रो पिया वह भी रो पिया अच्छा यानी एक सिचुएशन बन गई ऐसी जिन्हें फॉर एवर मैं कदी भुलिया नहीं वाह मेरी जिंदगी का अहम तरीन वाकया सीगा फिर किवें छुटे किवें फिर साडा काम नहीं हुंदा असी ते इंतजामिया के हवाले कर दईदा अच्छा कर दिता सी हाँ वो कर दिता वो रहा फिर वो कितों आजाद होया कितों फिर मेरा राबता नहीं होया उन्हां नाल अच्छा नहीं एक गल हुई हाँ ये मेरे जिंदगी का अहम तरीन अपना मुहल्ला केड़ा सी मुहल्ला घुमियारा का मुहल्ला मशहूर सीगा वो थोड़ा मुहल्ला सी हाँ बिल्कुल लेकिन उत्थे सारे जट बरादरी रहिंदी सी जट्टां च भुल्लर ही सी या कोई होर भी लोग सन होर भी सी चीमे भी सीगे दूसरे भी सी तीसरे अच्छा। भी सी हाँ तो अपने म्याणी पठाणा दी मेरे नानके सी ते विच दरिया सीगा दरिया ब्यास दे परले किनारे ते म्याणी सी ते उरले पासे सी श्री गोबिंदपुर ते उत्थे भी मैं आन जान बेड़ियां दे विच जांदे हुंदे सी अच्छा बेड़ी दरिया पार करके ते फिर दरिया पार के स्कूल किलमी तक सी अपने पिंड उदों हाई स्कूल कोई ही कोई मास्टर दे नाम याद ने अपने दे नहीं ओ, एक हनीफ साहब का नाम मैं याद आ मौलाना हनीफ साहब अच्छा मैं मुअज़्ज़िन भी रहा मस्जिद च 10 साल अज़ान दिंदा रहा घुमियारा वाले महल्ले की मस्जिद च हाँ हाँ उत्थे अपने पिंड च मस्जिदा तो हैगियां सन जी जी कोई गुरुद्वारे मंदिर भी है बिल्कुल मंदिर भी सी गुरुद्वारे सी आमने सामने सी सामने गुरुद्वारा सी इधर मस्जिद सी कोई प्रॉब्लम नहीं सी प्यार प्रेम कोई 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 नहीं सी हुंदी सन 47 च सरकारी नारियां ने दूसरे ने वो जुदाइयां मुखालफ पहले नहीं सी नहीं पहले कोई साडे घर सिख आउंदे सी हिंदू आउंदे सी असी जांदे सी वो कोई ऐसा गल नहीं सी है अपना जिहड़ा मुहल्ला सी घुमियारा वाला हाँ जी या पिंड सी उथे कोई सिर कटवे लोग होंदे ने ना कोई लंबड़दार हाँ जी ओ, ओ, मेरे मेरे दादा जेड़े सी ना ओ समझो के चौधरी सी पिंड दे उना दा की नाम सी जी मेरे वालद साहब दा नाम सी अनायतुल्ला अनायतुल्ला उना दा नाम सी अब्दुल अजीज मियां अब्दुल अजीज मियां अब्दुल अजीज कहंदे सी उना नू तुहाडे दादा ओ सिर कटवे अपने मल्ले हाँ हाँ जी मल्ले नहीं बल्कि शहर दे शहर दे हाँ ठीक है शहर दे सी ਜਿਹੜਾ ਆਪਣਾ ਮੁਹੱਲਾ ਸੀ ਘੁਮਿਆਰਾਂ ਵਾਲਾ ਹਾਂਜੀ ਉੱਥੇ ਸੌਦੇ ਸੂਦ ਵਾਲੀ ਦੁਕਾਨਾਂ ਕਿੰਨਾਂ ਦੀ ਹੁੰਦੀਆਂ ਸੀ ਹਿੰਦੂਆਂ ਦੀਆਂ ਮੁਸਲਮਾਨਾਂ ਦੀਆਂ ਵੀ ਹੈ ਸੀ ਲੇਕਿਨ ਅਕਸਰੀਅਤ ਹਿੰਦੂਆਂ ਦੀਆਂ ਦੁਕਾਨਾਂ ਜਿੱਥੋਂ ਤੁਸੀਂ ਟਿੱਕੀਆਂ ਟਾਫੀਆਂ ਹਾਂ ਟਾਫੀਆਂ ਲੈਂਦੇ ਸੀ ਉਹ ਹੀਰਾ ਲਾਲ ਸੀ ਇੱਕ ਹੀਰਾ ਲਾਲ ਹਾਂ ਉਹਦਾ ਨਾਮ ਮੈਨੂੰ ਯਾਦ ਆ ਉਹਦੇ ਕੋਲ ਸੀ ਚਵਾਨੀ ਦਵਾਨੀ ਆਨਾ ਪੈਸਾ ਲੈ ਕੇ ਜਾਣਾ ਅੱਛਾ ਤੇ ਉਹਨੂੰ ਕੋਈ ਚੀਜ਼ ਲੈਣੀ ਭਰ ਜਾਂਦੀ ਸੀ ਜੇਬ ਉਹ ਨਹੀਂ ਜੀ ਚੋਲੀ ਕਹਿੰਦਾ ਸੀ ਚੋਲੀ ਕਰ ਤੇ ਮੂੰਗਫਲੀ ਦਵਾਂ ਤੈਨੂੰ ਮੈਂ ਉਹ ਫਿਰ ਬੋਰੀ ਦੇ ਵਿੱਚੋਂ ਆਪਣੇ ਪਿੰਡ ਕੋਈ ਮੇਲਾ ਮੂਲਾ ਵੀ ਲੱਗਦਾ ਹੁੰਦਾ ਸੀ ਮੇਲਾ ਇਹੋ ਹੀ ਸੀਗਾ ਕਿ ਮਜ਼ਹਬੀ ਤੌਰ ਤੇ ਕਦੀ ਗੈਟ ਟੂਗੈਦਰ ਹੋ ਗਈ ਈਦ ਦਾ ਮੇਲਿਆਂ ਤੇ ਬਾਕੀ ਹੋਰ ਕੋਈ ਨਹੀਂ ਉਂਝ ਨਹੀਂ ਸੀ ਕੋਈ ਲੱਗਦਾ ਨਹੀਂ ਨਹੀਂ ਖਾਸ ਨਹੀਂ ਅਤੇ ਫਿਰ ਇਹ ਜਿਹੜਾ 47 ਦਾ ਵੇਲਾ ਆਇਆ ਸੀ ਜਦੋਂ ਦੋ ਮੁਲਕ ਵੱਖਰੇ ਵੱਖਰੇ ਹੋਏ ਜੀ ਜੀ ਯਾਦ ਹੈ ਕਿ ਪਿੰਡੋਂ ਕਿਵੇਂ ਨਿਕਲੇ ਸੀ ਅਸੀਂ ਹਾਂਜੀ ਮੈਨੂੰ ਯਾਦ ਆ ਚੰਗੀ ਤਰ੍ਹਾਂ ਯਾਦ ਆ ਅਸੀਂ 27ਵਾਂ ਰੋਜ਼ਾ ਸੀ 27ਵਾਂ ਰੋਜ਼ਾ ਸੀ ਰੋਜ਼ਾ ਸੀ ਉਸ ਦਿਨ ਅੱਛਾ 27ਵਾਂ ਰੋਜ਼ਾ ਸੀ ਅਤੇ ਸਿੱਖਾਂ ਨੇ ਹਮਲਾ ਕਰਤਾ ਤੁਹਾਡੇ ਪਿੰਡ 'ਤੇ ਹਾਂ ਪਿੰਡ 'ਤੇ ਮੈਂ ਉਦੋਂ ਸੀ ਮਿਆਣੀ ਪਠਾਣਾ ਦੀ ਨਾਨਕੇ ਗਏ ਹੋਏ ਸੀ ਨਾਨਕੇ ਗਿਆ ਸੀ ਮੈਂ ਅੱਛਾ ਅਤੇ ਵਾਲਦ ਸਾਹਿਬ ਤਾਂ ਇਹ ਇੱਧਰ ਸੀਗੇ ਮੈਂ ਉੱਧਰ ਸੀ ਅਤੇ ਉੱਥੇ
उन्होंने हमला किया तो मेरी एक ताई सी वो तो एक मेरी होर दीदा सी को घर च रही थी बड़ा व्डा जहा घर सी तो वह दोवें की लाश थले उत्ते सी मैं देखिया तो दोवें की लाशा पईया सी मार दिता हाँ मारता काफ़ी गलत गलत हो फिर असी निकले उतो कमादा चो वगदे वगदे रिड़दे खुड़दे भुखे नपाने वो असी उतर के जलंधर वाले पुल ते दरियाए ब्यास का जरा जलंधर के नाल लगता सी जलंधर का उत्थे पहुंचे हाँ ठीक है तो उदों काफले जा रहे थे कभी काफले पंजाह पंजाह लाशां पईयां सड़क ते अच्छा वो चुके एक पासे करदे से रस्ता बनाउंदे से इन्ने लोग मरे पे हाँ जी हाँ जी हाँ जी बिल्कुल आप हथां नाल मैं लाशां खिंचियां आर्मी दे ट्रक आउंदे सी फिर जिन्हूं जिस तरह कोई जगह मिली वो चढ़ जांदा सी उत्ते उंज जदों पिंडों निकले सी वो टाइम की सी रात नूं निकले सी रात नूं जी रात नूं छुपदे छुपांदे हाँ जी छुपदे छुपांदे रात दे 8-9-10 बजे सी कुछ समान समून लिया सी कुछ नहीं सी जी सिवाय एक पजामा ते एक कमीज ते पीटी शूज सी मैं पाए हुए अच्छा मतलब कोई समान कोई चीज नहीं कोई चीज नहीं कोई चीज नहीं दवाई खुदा दी बिल्कुल खाली हथी खाली सी वी पक्के चले हाँ जी पता सी कि पाकिस्तान बन गया हुण पाकिस्तान जाओ जाना पैना इत्थों बस जाओ ना जाओ ते किन्ने दिन दा पेंडा सी जदों जलंधर दे पुल ते आए असी 3 दिन फसलां दे विच ही लुकदे छुपदे आ के ते ओ पुल ते पहुंचे आ ते उत्थे फिर आर्मी दे ट्रक खड़े सी आउंदे जांदे सी जांदे सी आउंदे सी जिहड़ा बह गया जिहड़ा चला गया सो चला गया ऐ सी सूरत हाल फिर असी वाघा बार्डर तो इत्थे आ गए इत्थे लाहौर हाँ लाहौर अच्छा वाल्टन इत्थे बड़ा वड्डा कैंप सीगा वाल्टन कैंप लग्या सी हाँ जी वाल्टन से महाजरीन जिहड़े आ रहे सी ना तो वाल्टन सी फिर अगों जिन्हां नूं रिश्तेदारियां जां वाकफकार हुंदे सी तो उधर लै जांदे सी ते की माहौल सी कैंप दा जदों आए सी हफड़ा दफड़ी का माहौल सी कोई ऐसा कोई ऑर्गेनाइज तरीके नाल नहीं, 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 नहीं रोटी पानी दा की बस यो रोटी पानी जिहदे को पैसा सी खा लैंदा सी जिहदे को नहीं सी किते किते दालां पकाइयां ते रोटियां आने आने रोटी दाल मुफ्त ये उदों रेट सी आने आने रोटी ते दाल मुफ्त ये दिंदे सी अपने जिहड़े वालिद साहब सी हाँ जी ओह उत्थे की काम करदे हुंदे सी मेरी फैमिली सारी आर्मी दी फैमिली आ अच्छा फौज मेरे चाचा ए मेजर सीगे उदों अंग्रेज़ां दे जमाने च बहुत घट अफसर हुंदे सी जिहड़े मुसलमान हुंदे सी ते ओह पाकिस्तान सन 44 दी दूसरी जंगे अज़ीम च कैदी हो गए सी ओह तुहाडे चाचा जी हाँ जी की नाम सी उन्हां दा ये गुलाम यासीन पुल्लर हाँ पुल्लर अच्छा हाँ वो फिर 44 दी जंग लगी आ उस प्रिजनर ऑफ वार से गए अच्छा फिर ये 46-47 च रिलीज होके आए ते तुहाडे अब्बा जी अच्छा मेरे वालिद साहब जेडे पहले सी उहदे बाद फिर उन्होंने कारोबार कीता कपड़े दा उत्थे अपने पिंड हाँ जी हाँ जी कपड़े का काम करते सी हाँ जी जो उतों आ गए इतने आके सैट कितने हुए सी तुसी आके इतने पहला चीचा वतनी मेरे वालदैन जेड़े सी हाँ जी वो चीचा वतनी सैट हुए शहर च ते की फिर उन्होंने इतने काम काज नवी जिंदगी वो नवी जिंदगी बस वो मकान एक सी वो भी हिंदुओं का सी वो मिल गया अलाट हो गया एक दुकान अलाट हो गई फिर उतों उन्होंने बड़ी मेहनत की थी मैं बिछड़ गया सी क्योंकि मैं तो नानके गया सी ते मैं उन्होंने मिलया 2 साल बाद 2 साल फिर माँ प्यो तो बड़ा याद करते रहे हाँ जी असी माँ बाप नू याद करते सी माँ बाप सानू याद करते सी ते बस वो 2 साल मैं फिर आर्मी च आ गया उतो रेंजर्स च आ गया फिर मैं पुलिस च भी रहा फिर एजुकेशन आखिर में एजुकेशन रिटायरमेंट रिटायरमेंट एजुकेशन च हुई ते फिर स्काउटिंग ज्वाइन की थी हाँ।
ਅਤੇ ਸਕਾਊਟਿੰਗ ਨਾਲ ਮੈਨੂੰ ਮੂਵਮੈਂਟ ਚੰਗੀ ਲੱਗੀ। ਇਸ ਟਾਈਮ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਪਾਕਿਸਤਾਨ ਦੇ ਸਕਾਊਟ ਨੇ, ਹਾਂਜੀ, ਉਹਨਾਂ ਦੇ ਮੇਨ ਜਿਹੜੇ ਬਾਬਾ ਜੀ ਨੇ ਉਹ ਤੁਸੀਂ ਹੋਈ ਹੈ, ਤੁਹਾਡੀ ਵੱਡੀ, ਤੁਹਾਡੇ ਤੋਂ ਵੱਡੀ ਉਮਰ ਦਾ ਵੀ ਕੋਈ ਨਹੀਂ? ਕੋਈ ਨਹੀਂ ਗਾ ਬਾਬਾ ਸਕਾਊਟਿੰਗ, ਤੁਹਾਨੂੰ ਕਹਿ ਸਕਦੇ, ਮੈਨੂੰ ਕਹਿ ਸਕਦੇ ਹੋ ਪੂਰਾ ਮੁਲਕ ਚੋਂ ਮੈਂ ਮੋਸਟ ਸੀਨੀਅਰ ਸਕਾਊਟ ਲੀਡਰ ਹਾਂ। ਨੈਸ਼ਨਲ ਕਮਿਸ਼ਨਰ ਕੋਆਰਡੀਨੇਸ਼ਨ ਵੀ ਮੈਂ ਰਿਹਾ, ਨੈਸ਼ਨਲ ਕਮਿਸ਼ਨਰ NHQ ਨੈਸ਼ਨਲ ਹੈੱਡਕੁਆਰਟਰ 'ਚ। ਨੈਸ਼ਨਲ ਟ੍ਰੇਨਿੰਗ ਕਮੇਟੀ ਦਾ ਮੈਂ 11 ਸਾਲ ਸੈਕਟਰੀ ਰਿਹਾ ਇਸਲਾਮਾਬਾਦ। ਮੇਰਾ ਕੈਰੀਅਰ 'ਚ ਜਿੰਨਾ POR ਆ ਸਾਡੇ, ਉਹ ਕਾਨੂੰਨ ਜਿਹੜਾ ਸਕਾਊਟਿੰਗ ਦਾ ਕਾਨੂੰਨ ਆ ਜਾਂ ਉਹਦਾ ਨਾਮ ਆ POR, ਪੋਲਿਸੀ ਔਰਗਨਾਈਜੇਸ਼ਨ ਐਂਡ ਰੂਲਸ। ਇਹ ਅਪਰੂਵਡ ਗਵਰਨਮੈਂਟ ਕੋ ਅਪਰੂਵਡ ਹੁੰਦਾ, ਲਾ ਡਿਵੀਜ਼ਨ ਉਹਨੂੰ ਅਪਰੂਵ ਕਰਦਾ। ਉਹਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਹਨ, ਤਕਰੀਬਨ 80 ਦੇ ਕਰੀਬ ਬੱਚਿਆਂ ਵਾਸਤੇ ਪ੍ਰੋਗਰਾਮਿੰਗ ਹੈ, ਠੀਕ ਹੈ, ਸਕਾਊਟਸ ਦੀ। ਔਰ ਜਿੰਨੇ ਵੀ ਉਹਦੇ ਵਿੱਚ ਅਵਾਰਡ ਹਨ POR 'ਚ, ਉਹ ਬਸ ਇਹਨਾਂ ਦੀ ਮਿਹਰਬਾਨੀ ਨਾਲ ਉਹ ਮੈਨੂੰ ਦਿੱਤੇ। ਮਤਲਬ ਕਿ ਸਕਾਊਟਾਂ ਦੇ ਜਿੰਨੇ ਅਵਾਰਡ ਨੇ ਤੁਹਾਡੇ ਕੋਲ, ਮੇਰੇ ਕੋਲ ਡੈਕੋਰੇਟਡ, ਮੈਂ ਆਈ ਐਮ ਡੈਕੋਰੇਟਡ ਵਿਦ ਆਲ ਨੈਸ਼ਨਲ ਅਵਾਰਡਸ। ਕਿ ਕਦੇ ਸੁੱਤੇ ਪਿਆ? ਹਾਂਜੀ, ਸ੍ਰੀ ਗੋਬਿੰਦਪੁਰ ਗਏ? ਹਾਂਜੀ, ਕਈ ਵਾਰੀ ਗਏ। ਕੀ ਦੇਖਿਆ ਜਾ? ਬਸ ਉਹੋ ਹੀ ਮਾਹੌਲ, ਉੱਥੇ ਤਾਂ ਗਲਿੰਪਸਿਸ ਹੁੰਦੇ, ਘੜੀ ਕੁ ਆਇਆ ਕੋਈ ਝਟਕਾ ਅਤੇ ਫਿਰ ਅੱਖ ਖੁੱਲ੍ਹ ਗਈ। ਬਸ ਇਸ ਤਰ੍ਹਾਂ ਯਾਦਗਿਰੀਆਂ ਤਾਂ ਹੈ। ਉਂਝ ਕਦੇ ਅਜੇ ਹੁੰਦਾ ਹੈ ਕਿ ਦਿਲ ਕਰਦਾ ਕਿ ਯਾਰ ਮੈਂ ਕਦੇ ਆਪਣਾ ਪਿੰਡ ਹੀ ਵੇਖ ਲਾਂ? ਮੈਂ ਦੇਖਿਆ, ਫਿਰ ਮੈਂ ਗਿਆ ਸੀ। ਕਦੋਂ? ਇਹ ਗਿਆ ਸੀ ਮੈਂ ਤਕਰੀਬਨ 52-53 'ਚ, 50-53। ਹਾਂ ਹਾਂ। ਅਤੇ ਜਦੋਂ ਪਿੰਡ ਗਏ ਸੀ ਕਿੰਨਾ ਕੁ ਬਦਲਿਆ ਹੋਇਆ ਸੀ? ਕੁਛ ਨਹੀਂ ਸੀ ਬਦਲਿਆ, ਉਸ ਤਰ੍ਹਾਂ ਹੀ ਸੀਗਾ। ਉੱਥੇ ਗਏ ਅਤੇ ਉਹ ਹਿੰਦੂਆਂ ਦਾ ਯਾਰ ਮਿਲਿਆ, ਅਤੇ ਉਹਨਾਂ ਨੇ ਬੜੀ ਖਿਦਮਤ ਕੀਤੀ, ਬੜੇ ਖੁਸ਼ ਹੋਏ। ਅੱਛਾ। ਮੈਂ ਡਰਿਆ ਸੀ, ਲੇਕਿਨ ਉਹਨਾਂ ਨੇ ਬੜੀ ਖਲੂਸੇ ਦਿਲ ਨਾਲ ਆਉ ਭਗਤ ਕੀਤੀ ਸੀ, ਫਿਰ ਛੱਡ ਆਏ ਸੀ ਵਾਪਸ। ਅਤੇ ਹੁਣ ਜਿਹੜੀ ਆਪਣੀ ਫੈਮਿਲੀ ਹੈ ਭੁੱਲਰ, ਹਾਂਜੀ, ਜਿਹੜੇ ਸ੍ਰੀ ਗੋਬਿੰਦਪੁਰ ਤੋਂ ਆਏ ਸੀ, ਜੀ ਜੀ, ਉਹ ਕਿੰਨੇ ਕੁ ਨੇ ਇਕੱਠੇ ਜਿਹੜੇ ਇੱਕ ਜਗ੍ਹਾ 'ਤੇ ਰਹਿ ਰਹੇ? ਸਾਡੀ ਪੂਰੀ ਫੈਮਿਲੀ ਜਿਹੜੀ ਆ ਉਹ ਤਕਰੀਬਨ ਉੱਥੇ ਹੀ ਆ, ਚੀਚਾਵਤਨੀ। ਚੀਚਾਵਤਨੀ, ਹਾਂ। ਉਹ ਮਾਸ਼ਾਅੱਲਾ ਹੁਣ ਸ਼ਹਿਰ 'ਚ ਲੀਡਿੰਗ ਰੋਲ ਅਦਾ ਕਰ ਰਹੇ ਆ ਬਿਜ਼ਨਸ 'ਚ। ਤੁਹਾਡੀ ਫੈਮਿਲੀ ਭੁੱਲਰ ਫੈਮਿਲੀ ਕਹਿ ਲਓ, ਉਹ ਯਾਨੀ ਕਾਫੀ ਅੱਲਾ ਦੀ ਰਹਿਮਤ ਆ ਉਹਨਾਂ 'ਤੇ। ਜਦੋਂ ਤੁਸੀਂ 52-53 'ਚ ਗਏ ਸੀ ਆਪਣੇ ਪਿੰਡ, ਹਾਂਜੀ, ਤੁਸੀਂ ਤੇ ਭੁੱਲਰ ਮੁਸਲਮਾਨ ਬਾਕੀ ਕੌਮਾਂ ਆ ਗਏ, ਉੱਥੇ ਫਿਰ ਕਿੱਥੋਂ ਦੇ ਲੋਕ ਆਬਾਦ ਹੋਏ ਨੇ ਜਾ ਕੇ? ਉੱਥੇ ਦੇ ਕੋਈ ਇੱਕ ਅੱਧ ਕੋਈ ਉਹਨਾਂ ਦੇ ਤਲਕ ਵਾਲੇ ਜਿਹੜੇ ਸੀ ਉਹ ਹੀ ਗਏ ਸੀ, ਬਾਕੀ ਤਾਂ ਉਹ ਕਿਉਂਕਿ ਸਾਈਡ 'ਤੇ ਸੀ ਉਹ, ਅਤੇ ਇਸ ਵਾਸਤੇ ਘੱਟ ਲੋਕ ਇੱਧਰੋਂ ਪਾਕਿਸਤਾਨ 'ਚੋਂ ਗਏ ਸੀ ਜਿਹੜੇ ਉਸ ਪਿੰਡ 'ਚ। ਫਿਰ ਇੱਕ ਤਾਂ ਤੁਸੀਂ ਹੋ ਗਏ ਨਾ ਭੁੱਲਰ ਮੁਸਲਮਾਨ, ਹਾਂਜੀ, ਹੋਰ ਕਿਹੜੀ ਕਿਹੜੀ ਕੌਮਾਂ, ਜ਼ਾਤਾਂ? ਰਾਜਪੂਤ ਵੀ ਉੱਥੇ ਆਏ ਸਨ, ਭੁੱਲਰ ਵੀ ਸੀਗੇ, ਭੱਟੀ ਵੀ ਸੀ, ਮੁਖਤਲਿਫ ਕੌਮਾਂ ਦੇ ਲੋਕ ਉੱਥੇ ਆਬਾਦ ਸੀਗੇ, ਪਠਾਨ ਵੀ ਸੀਗੇ। ਹਾਂਜੀ। ਜੇ ਉੱਥੋਂ ਤੁਸੀਂ ਸ਼ਹਿਰ ਜਾਣਾ ਹੁੰਦਾ ਸੀ ਗੁਰਦਾਸਪੁਰ, ਹਾਂ, ਉਹ ਕਿਵੇਂ ਦਾ ਰਾਹ ਸੀ? ਮਤਲਬ ਕਿ ਕਿੱਥੋਂ ਕਿੱਥੋਂ ਹੋ ਕੇ ਜਾਣਾ ਪੈਂਦਾ ਸੀ? ਉਹ ਬਟਾਲੇ ਆਉਂਦੇ ਸੀ। ਅੱਛਾ। ਬੱਸ ਚੱਲਦੀ ਸੀ ਇੱਕ ਉਦੋਂ ਇੱਕ ਬੱਸ, ਬਸ ਇੱਕ ਬੱਸ ਚੱਲਦੀ ਸੀ। ਕਿੰਨਾ ਕਿਰਾਇਆ ਹੁੰਦਾ ਸੀ? ਉਹ ਕੋਈ ਮੇਰਾ ਖਿਆਲ ਹੈ 3 ਆਨੇ 4 ਆਨੇ, ਬਸ ਆਨਿਆਂ ਦੇ ਹਿਸਾਬ ਨਾਲ ਹੁੰਦਾ ਸੀ। ਗੱਡੇ ਟਾਂਗੇ ਇਹ ਵੀ ਚੱਲਦੇ ਹੁੰਦੇ ਸੀ? ਹਾਂ, ਟਾਂਗੇ ਹੈ ਸੀ, ਟਾਂਗੇ ਹੈ ਸੀ, ਬਾਕੀ ਆ ਮੋਟਰਾਂ ਕਾਰਾਂ ਰਿਕਸ਼ੇ ਨਹੀਂ, ਕੁਛ ਨਹੀਂ ਸੀ। ਜਾਂ ਪੈਦਲ ਚੱਲਦੇ ਸੀ? ਪੈਦਲ ਕਿੰਨਾ ਕੁ ਚੱਲ ਲੈਂਦੇ ਸੀ ਆਮ ਰੂਟੀਨ? ਬਈ 10-11 ਮੀਲ 12 ਮੀਲ ਪੈਦਲ ਚੱਲ ਜਾਂਦੇ ਸੀ, ਕੋਈ ਨਹੀਂ ਸਵੇਰੇ 10-12 ਮੀਲ ਪੈਦਲ, ਹਾਂ, ਪੈਦਲ ਚੱਲ ਜਾਂਦੇ। ਕਈ ਵਾਰੀ ਐਸਾ ਮੌਕਾ ਮਿਲਿਆ ਕਿ ਅਸੀਂ ਬਟਾਲੇ ਪੈਦਲ ਆਏ, ਪੈਦਲ ਚਲੇ ਗਏ ਵਾਪਸ, 11 ਮੀਲ ਸੀ ਉੱਥੋਂ ਮੀਲ। ਬਾਕੀ ਠੀਕ ਆ, ਸ਼ੁਕਰ ਅੱਲਾ ਦਾ। ਸਕਾਊਟਿੰਗ ਦੇ ਇਸ ਵਕਤ ਪਾਕਿਸਤਾਨ 'ਚ ਮੈਨੂੰ ਤਗਮਾ ਇਮਤਿਆਜ਼ ਹਕੂਮਤ ਪਾਕਿਸਤਾਨ ਨੇ ਦਿੱਤਾ, ਸਿਵਲ ਅਵਾਰਡ ਪ੍ਰੈਜ਼ੀਡੈਂਟ ਨੇ। ਅਤੇ 5 ਦਫਾ ਮੈਂ ਅਵਾਨੀ ਸਦਰ 'ਚ, ਉਹ ਮੁੰਡਾ ਜਿਹੜਾ
रोल करके इधर उधर फिरता रहा, वो पांच दफा अवान सदर च गया। मतलब के श्री गोबिंदपुर दे विच जम्मन वाला मुंडा, फिर पाकिस्तान च आया वो बच्चा, लवारस होया, लवारस उदो लवारस बच्चा, लवारस के ओनू मां बाप दा नहीं पता, मां बाप नु ओदा नहीं पता। ओ लवारस बच्चा उस जमाने दा पांच दफा पाकिस्तान दे सदर को अवार्ड ले आया उन्हें, ओ साडे नाल बैठा, हां ओ बैठा। और इस वक्त पाकिस्तान दी मैं बहुत एक स्काउटिंग दे हवाले नाल बंदा वा जिन्नू सिविल अवार्ड तो नवाजा गया, माशाल्लाह। कोई नहीं गया पाकिस्तान च अज दे जेड़े पाकिस्तानी शहरी ने, हां जी, उन्होंने अपने मुल्क की बेहतरी वास्ते वो की किरदार अदा कर सकते हैं कि साडा मुल्क अगे वधे। सर जी, मेरा नुकता निगाह, मेरा जमना उठना बैठना नुकता निगाह या ख्यालात वो इको ही आ, वो आ कौमी यकजहती, एक हो जाइए, एक हो जाओ। ये नारे मारते आ जेडे सियासतदान, ये लोगों नूं लड़ाउंदे, लोगों नूं मरवाउंदे, नफरतां फैलाउंदे, ये भावें वो किसी भी पार्टी दे होण, ये नहीं होना चाहिए, ये नहीं होना चाहिए। ये भाईचारा डायलाग होना चाहिए, डायलाग आपस दे विच मुहब्बत प्यार। मैनूं अवार्ड जिहड़ा मिलिया ना जी, उहदी रिपोर्ट जिहड़ी आई गवर्नमेंट ने कढ़ी, ते उहदा मेन किरदार सी कि इहने की किहड़ा ऐसा काम कीता ਜਿਹਦੀ ਵਜ੍ਹਾ ਤੋਂ ਜਿਹਦੇ ਇਹਨੂੰ ਇਹ ਸਿਵਲ ਅਵਾਰਡ ਦੇ ਰਹੀ ਗੌਰਮੈਂਟ। ਉਹਦੇ ਵਿੱਚ ਬਾਕਾਇਦਾ ਲਿਖਿਆ ਹੋਇਆ ਸਦਰ ਪਾਕਿਸਤਾਨ ਨੇ ਕਿ ਇਹਨੇ 50 ਸਾਲ ਕੌਮੀ ਯਕਜਹਿਤੀ 'ਤੇ ਕੰਮ ਕੀਤਾ, 50 ਸਾਲ ਲੋਕਾਂ ਨੂੰ ਇੰਜ ਕਰਨ ਵਾਸਤੇ ਇਕੱਠੇ ਹੋ ਜਾਓ, ਬਸ ਇਹ ਮੇਨ ਵਜ੍ਹਾ ਸੀ। ਅਤੇ ਕਿਹੜਾ ਕਿਹੜਾ ਸਦਰ ਸੀ ਜੀ ਜਿਹਦੇ ਕੋਲੋਂ ਤੁਸੀਂ ਅਵਾਰਡ ਲੈਂਦੇ ਰਹੇ? ਸਰ ਜੀ, ਮੈਂ ਤੁਹਾਨੂੰ ਅਰਜ਼ ਕਰਦਾ, ਪਹਿਲਾ ਅਵਾਰਡ ਕਿਹਦੇ ਕੋਲੋਂ ਮਿਲਿਆ? ਜ਼ਿਆਲ ਹੱਕ ਕੋਲ। ਅੱਛਾ, ਹਾਂਜੀ। ਅੱਛਾ, ਉਹਦੇ ਬਾਅਦ ਗੁਲਾਮ ਇਸਾਖ ਕੋਲ, ਉਹਦੇ ਬਾਅਦ ਆਪਣੇ ਆ ਜਿਹੜੇ ਹੁਣ ਰਿਟਾਇਰ ਹੋਏ ਮੁਸਲਿਮ ਲੀਗ ਦੇ ਸੀ ਮਮਨੂਨ ਹੁਸੈਨ, ਆਸਫ ਜ਼ਰਦਾਰੀ, ਇਹ ਚਾਰ ਸਾਰੀ ਕਰਮਾਂ ਵਾਲੀ ਹਸਤੀਆਂ ਕੋਲੋਂ ਅਵਾਰਡ ਲੈਂਦੇ। ਬਸ ਇਹਦਾ ਮਤਲਬ ਹੈ ਕਿ ਅਸੀਂ ਉਹਨਾਂ ਨਾਲੋਂ ਜ਼ਿਆਦਾ ਕਰਮ ਨਵਾਜ਼ੀ ਸੀ ਸਾਡੇ 'ਤੇ ਅੱਲਾ ਦੀ, ਅਤੇ ਅੱਲਾ ਨੇ ਇਹ ਇੱਜ਼ਤ ਬਖਸ਼ੀ ਸਾਡੇ ਆਪਣੇ ਸ਼ਹਿਰ 'ਚ। ਮੈਂ ਸਿੰਧ 'ਚ ਰਹਿੰਦਾ। ਇਹ ਗੱਲ ਦੱਸੋ ਕਿ ਇਹ ਚੀਚਾ ਵਤਨੀ ਛੱਡ ਕੇ ਸਿੰਧ ਕਿਉਂ ਹਿਜਰਤ? ਮੈਂ ਤਾਂ ਹਿਜਰਤ ਨਹੀਂ ਕੀਤੀ, ਮੇਰੀ ਤਾਂ ਨਹੀਂ, ਮੈਂ ਤਾਂ ਇੱਥੇ ਆਇਆ ਹੀ ਨਹੀਂ, ਮੈਂ ਸਿੱਧਾ ਕਰਾਚੀ ਚਲਾ ਗਿਆ। ਜਦੋਂ ਆਏ ਹੋ ਤੁਸੀਂ ਕਰਾਚੀ ਨੂੰ ਚਲੇ ਗਏ? ਮੈਂ ਇੱਥੋਂ ਸਟੇਸ਼ਨ 'ਤੇ ਆਇਆ, ਲਾਹੌਰ ਸਟੇਸ਼ਨ 'ਤੇ, ਇਹਦੇ 'ਤੇ ਮਾਲ ਗੱਡੀ ਖੜ੍ਹੀ ਸੀ। ਅੱਛਾ, ਮੈਂ ਕਿਹਾ ਹੁਣ ਮੇਰਾ ਨਾ ਕੋਈ ਬਾਲੀ ਨਾ ਕੋਈ ਵਾਰਸ, ਅਤੇ ਚੱਲ ਪਈ। ਮੈਂ ਬਹਿ ਗਿਆ ਉਹ ਪਿੱਛੇ ਜਿਹੜਾ ਨਹੀਂ ਗਾਰਡ ਦਾ ਡੱਬਾ ਨਹੀਂ ਹੁੰਦਾ ਪਿੱਛੇ, ਉੱਥੇ ਚੜ੍ਹ ਗਿਆ ਮੈਂ। ਉਹ ਇੱਕ ਬੰਦਾ ਹੋਰ ਵੀ ਸੀ ਅਤੇ ਗਾਰਡ ਹੁੰਦੇ, ਕਹੇ ਕਿੱਥੇ ਜਾਣਾ? ਮੈਂ ਕਿਹਾ ਜਿੱਥੇ ਗੱਡੀ ਜਾਣਾ ਉੱਥੇ ਮੈਂ ਜਾਣਾ। ਉਹ ਮਾਲ ਗੱਡੀ ਦਾ ਸੀ, ਉਹ ਚੱਲਦੇ ਰਹੇ 2 ਦਿਨ ਕਰਾਚੀ ਜਾ ਕੇ ਰੁਕ ਗਈ ਉਹ। ਅੱਛਾ, ਕਹਿੰਦਾ ਵੀ ਹੁਣ ਇੱਥੋਂ ਅੱਗੇ ਨਹੀਂ ਜਾਣਾ, ਉਤਰ ਜਾਓ। ਹੁਣ ਕੀ ਸਲਾਹ ਹੈ? ਬਸ ਅਸੀਂ ਉਤਰ ਗਏ ਉੱਥੋਂ ਪੈਦਲ ਚੱਲ ਕੇ, ਮੈਂ ਅਤੇ ਸ਼ਹਿਰ ਵੱਲ ਤੁਰ ਪਿਆ। ਇਹ ਉੱਥੇ ਹੁਣ ਮੈਂ ਭੁੱਖਾ ਨਿਭਾਉਣਾ, ਮੇਰੇ ਕੋਲ ਨਾ ਕੋਈ ਪੈਸਾ ਨਾ ਕੋਈ ਹੋਰ ਕੋਈ ਗੱਲ ਨਹੀਂ ਸੀ, ਵਾਲਦੈਨ ਤੋਂ ਜੁਦਾ, ਮੰਜ਼ਿਲ ਦਾ ਹੀ ਨਹੀਂ ਪਤਾ, ਮੰਜ਼ਿਲ ਦਾ ਕੋਈ ਪਤਾ ਨਹੀਂ। ਇੱਕ ਸਾਈਕਲਾਂ ਦੀ ਦੁਕਾਨ ਆਈ। ਅੱਛਾ, ਉਹ ਮੁੰਡਾ ਪੰਜਾਬੀ ਬੋਲੇ। ਮੈਂ ਕਿਹਾ ਬਈ ਗੱਲ ਬਣਦੀ ਨਜ਼ਰ, ਹਾਂ ਮੈਂ ਕਿਹਾ ਸਲਾਮ ਅਲੈਕੁਮ, ਵਾਲੈਕੁਮ ਸਲਾਮ। ਮੈਂ ਕਿਹਾ ਜੀ ਮੈਨੂੰ ਨੌਕਰ ਰੱਖ ਲਓਗੇ ਇੱਥੇ? ਉਹ ਕਹਿੰਦਾ ਅੱਛਾ ਕਿੱਥੋਂ ਆਇਆ? ਮੈਂ ਕਿਹਾ ਫਲਾਣੀ ਜਗ੍ਹਾ ਤੋਂ ਆਇਆ, ਅਤੇ ਕੋਈ ਤੇਰਾ, ਮੈਂ ਕਿਹਾ ਮੇਰੇ ਸਾਰੇ ਹੈਗੇ ਲੇਕਿਨ ਹੁਣ ਮੈਨੂੰ ਕੋਈ ਪਤਾ ਨਹੀਂ, ਲੱਭ ਨਹੀਂ ਰਹੇ, ਅਤੇ ਤੁਸੀਂ ਮੈਨੂੰ ਇੱਥੇ, ਮੈਂ ਤੁਹਾਡੀ ਦੁਕਾਨ 'ਤੇ ਹੀ ਸੌ ਜਾਇਆ ਕਰੂੰਗਾ, ਮੈਂ ਕੰਮ ਸ਼ਾਮਿਲ ਕੰਮ ਮੈਨੂੰ ਦੱਸੋ ਕੀ ਕਰਨਾ। ਕਹਿੰਦਾ ਅੱਛਾ ਖਾਣਾ ਵੀ ਤੈਨੂੰ ਬੱਚਿਆਂ ਦੇਵਾਂਗੇ ਅਤੇ 4 ਆਨੇ ਰੋਜ਼ ਦੇਵਾਂਗੇ, ਠੀਕ ਹੈ, ਅਤੇ ਸਾਈਕਲਾਂ ਨੂੰ ਸਾਫ਼ ਕਰਕੇ ਰੱਖਣਾ, ਸਾਈਕਲਾਂ ਸਾਫ਼ ਕਰਿਆ ਕਰ, ਅਤੇ ਨਾਲੇ ਕੋਈ ਕਿਰਾਏ 'ਤੇ ਲੈ ਜਾਏ ਅਤੇ ਉਹਦਾ ਨੋਟ ਕਰ ਲਿਆ ਕਰ, ਬਸ ਇਹ ਤੇਰਾ ਕੰਮ ਆ।
ਉਹ 10 ਕੁ ਦਿਨ ਮੈਂ ਉੱਥੇ ਚਾਰ ਆਨੇ ਰੋਜ਼ 'ਤੇ ਨੌਕਰੀ ਕਰਦਾ ਰਿਹਾ। ਪਹਿਲੀ ਨੌਕਰੀ ਚਾਰ ਆਨੇ ਰੋਜ਼। ਵਾਹ ਜੀ ਵਾਹ। ਅਤੇ ਉਹ ਫਿਰ ਮੈਨੂੰ ਪਤਾ ਲੱਗਾ ਕਿ ਗਲਤ ਕੰਮ ਕਰਦੇ ਸੀ, ਸਾਈਕਲਾਂ ਚੁਰਾਉਂਦੇ ਸੀ। ਅੱਛਾ, ਚੋਰੀ ਦੀਆਂ ਸੀ। ਉਹ ਚੋਰੀ ਦੀਆਂ ਸਾਈਕਲਾਂ ਨੂੰ ਰੀਸਾਈਕਲ ਕਰਕੇ ਅਤੇ ਫਿਰ ਕਿਰਾਏ 'ਤੇ ਚਲਾਉਂਦੇ। ਮੈਂ ਡਰ ਗਿਆ, ਮੈਂ ਫਿਰ ਉੱਥੋਂ ਚੋਰੀ ਨੱਸ ਗਿਆ ਰੇਲਵੇ ਸਟੇਸ਼ਨ 'ਤੇ। ਅਗਲੀ ਮੰਜ਼ਿਲ ਅਗਲੀ ਮੰਜ਼ਿਲ ਫਿਰ ਮੈਂ ਰੇਂਜਰਸ 'ਚ ਉੱਥੇ ਹੈਦਰਾਬਾਦ ਉਤਰਿਆ ਅਤੇ ਉੱਥੇ ਮੁੰਡਿਆਂ ਦੀ ਲਾਈਨ ਲੱਗੀ ਸੀ। ਅਤੇ ਮੈਂ ਕਿਹਾ ਇਹ ਕੀ ਕਹਿੰਦਾ ਜੀ, ਭਰਤੀ ਹੋ ਰਹੀ ਆ। ਮੈਂ ਵੀ ਖਲੋ ਗਿਆ ਅਤੇ ਉੱਥੇ ਕੈਪਟਨ ਅੰਗਰੇਜ਼ ਸੀ, ਬੌਂਸ਼ਨ ਨਾਂ ਸੀ ਉਹਦਾ। ਕੀ ਨਾਂ ਸੀ ਜੀ? ਬੌਂਸ਼ਨ। ਕੈਪਟਨ ਬੌਂਸ਼ਨ, ਐਡਜੂਟੈਂਟ ਸੀ ਉਹ। ਅੱਛਾ। ਉਹਨੇ ਮੇਰੇ ਕੋਲੇ 'ਤੇ ਹੱਥ ਰੱਖਿਆ, ਕਹਿੰਦਾ ਆਪ ਇੱਧਰ ਆ ਜਾਓ। ਕੱਦ ਬੁੱਤ ਵੀ ਤੁਹਾਡਾ? ਹਾਂ, ਠੀਕ ਠਾਕ ਸੀ ਉਹ। ਇੱਧਰ ਉੱਧਰ ਮੈਨੂੰ ਉਹਨੇ ਸਿਲੈਕਟ ਕਰ ਲਿਆ। ਅੱਛਾ, ਰੇਂਜਰ 'ਚ ਹੋ ਗਏ? ਹਾਂ, ਉੱਥੇ ਹੋ ਗਿਆ ਹਵਾਲਦਾਰ। ਹੈਂ? ਅਤੇ ਮੈਂ ਬੜਾ ਖੁਸ਼ ਹੋ ਗਿਆ। ਮੈਂ ਕਿਹਾ ਠੀਕ ਆ। ਮੇਰਾ ਦੱਸਣ ਦਾ ਮਤਲਬ ਇਹ ਸੀ ਕਿ ਆਦਮੀ ਸਟਰਗਲ ਕਰਦਾ ਰਹੇ, ਉਹ ਸਾਈਕਲਾਂ ਸਾਫ਼ ਕਰਨ ਵਾਲਾ ਮੁੰਡਾ ਅਫਸਰ ਵੀ ਹੋ ਸਕਦਾ, ਉਹ ਅਫਸਰ ਵੀ ਹੋ ਸਕਦਾ ਅਤੇ ਆਵਾਨੇ ਸਦਰ 'ਤੇ ਵੀ ਆ ਸਕਦਾ। ਬਸ਼ਰਤੇ ਲਗਨ ਹੋਵੇ। ਕੋਈ ਸਕਾਊਟਿੰਗ ਹੈ, ਸਕਾਊਟਿੰਗ ਦਾ ਮਿਸ਼ਨ। ਅੱਜ ਕੱਲ੍ਹ ਮੈਂ ਮਾਦਰਤ ਨਾਲ ਅਰਜ਼ ਕਰਦਾ ਕਿ ਚੰਦ ਲੋਕ ਹਨ ਜਿਹੜੇ ਵਲੰਟੀਅਰਿਜ਼ਮ ਜਿਨ੍ਹਾਂ ਦੇ ਵਿੱਚ ਹੈ ਜਜ਼ਬਾ ਹੈ ਉਹਨਾਂ 'ਚ। ਇਹਨਾਂ ਨੂੰ ਪੁੱਛੋ ਕਿ ਸਕਾਊਟਿੰਗ ਦਾ ਮਿਸ਼ਨ ਕੀ ਆ। ਮੇਰਾ ਖਿਆਲ ਆ ਕਿ ਨਹੀਂ ਜਾਣਦੇ। ਅਗਰ ਉਹ ਜਾਣਨ ਤਾਂ ਸਾਡੇ ਕੋਲ ਬਹੁਤ ਰਿਚ ਲਿਟਰੇਚਰ ਆ, ਬਹੁਤ ਲਿਟਰੇਚਰ ਆ। ਹੁਣ ਇਹਦਾ ਮਿਸ਼ਨ ਆ ਕਿ ਬੱਚੋਂ ਕੀ ਪੇਸ਼ਾਵਾਰਾਨਾ ਸਲਾਹਿਤੋਂ ਕੋ ਉਜਾਗਰ ਕਰਨਾ, ਪੇਸ਼ਾਵਾਰਾਨਾ ਪ੍ਰੋਫੈਸ਼ਨਲ ਜੋ ਸਕਿੱਲਸ ਹੈ ਉਨਕੋ ਉਜਾਗਰ ਕਰਨਾ, ਉਨਕੋ ਆਪਣੇ ਲਈ ਮੁਫੀਦ ਬਣਾਉਣਾ, ਆਪਣੇ ਲਈ ਮੁਫੀਦ ਬਣਾਉਣਾ ਔਰ ਦੂਸਰੋ ਕਾ ਮਦਦਗਾਰ ਹੋਣਾ, ਇਹ ਥੀਮ ਹੈ ਸਾਰੀ। ਇਹ ਸਕਾਊਟ ਹੈ ਬਸ, ਇਹ ਸਕਾਊਟ ਹੈ। ਆਪਣੀ ਫੈਮਿਲੀ ਨੂੰ ਜਿਹੜਾ ਇੱਕ ਲਵਾਰਸ ਬੱਚਾ ਸੀ ਜੀ ਜੀ, ਕਰਾਚੀ ਗਿਆ, ਸਾਈਕਲਾਂ ਸਾਫ਼ ਕਰਦਾ ਰਿਹਾ, ਸਹੀ ਰੇਂਜਰ 'ਚ ਚਲਾ ਗਿਆ ਜੀ ਜੀ, ਅਤੇ ਕਿਵੇਂ ਮਾਂ ਬਾਪ ਮਿਲੇ? ਮਾਂ ਬਾਪ ਇਸ ਤਰ੍ਹਾਂ ਮਿਲੇ ਕਿ ਮੈਂ ਬਹਾਵਲਪੁਰ ਆਇਆ ਸੀ, ਪੋਸਟ ਬਹਾਵਲਪੁਰ। ਹਾਂਜੀ। ਅਤੇ ਉੱਥੇ ਮੈਂ ਬਾਜ਼ਾਰ 'ਚ ਸਵੇਰੇ ਜਾ ਰਿਹਾ ਅਤੇ ਅੱਗੋਂ ਮੇਰਾ ਬੈਨੋਈ ਆ ਰਿਹਾ ਸੀ। ਅੱਛਾ। ਮੇਰਾ ਬੈਨੋਈ, ਮੇਰੀ ਹਮਸ਼ੀਰਾ ਸੀ ਮੇਰੇ ਤੋਂ ਵੱਡੀ, ਹਾਂ, ਉਹਦਾ ਖਾਮਦ। ਉਹਨੇ ਮੈਨੂੰ ਦੇਖ ਲਿਆ ਅਤੇ ਮੈਂ ਉਹਨੂੰ ਦੇਖ ਲਿਆ। ਮੈਂ ਕਿਹਾ ਵੀ ਉਹ ਜਫੀ ਪਾਲੀ ਐਕਸਪੀਰੀਅੰਸ ਕਿੱਥੇ? ਬਸ਼ੀਰ ਅਹਿਮਦ। ਅੱਛਾ। ਅਤੇ ਉਹ ਮਿਲ ਗਏ, ਬੜੇ ਖੁਸ਼ ਹੋਏ। ਮੈਂ ਉਹਨਾਂ ਨੂੰ ਆਪਣੇ ਲਾਈਨ 'ਚ ਜਿੱਥੇ ਮੈਂ ਰਹਿੰਦਾ ਸੀ ਉੱਥੇ ਲੈ ਗਿਆ। ਉਹ ਮੈਂ ਫਿਰ ਪੁੱਛਿਆ, ਕਹਿੰਦੇ ਕਿੱਥੇ ਚੀਚਾ ਵਤਨੀ? ਮੈਂ ਫਿਰ ਛੁੱਟੀ ਲਈ ਉੱਥੋਂ, ਮੈਂ ਚੀਚਾ ਵਤਨੀ ਆ ਗਿਆ। ਮਾਂ ਬਾਪ ਜਿਉਂਦੇ ਸੀ? ਹਾਂਜੀ, ਜਿੰਦਾ ਸੀ। ਮੇਰੀ ਵਾਲਦਾ ਜਿਹੜੀ ਸੀ ਉਹ ਤਾਂ ਇੰਡੀਆ 'ਚ ਹੀ ਫੌਤ ਹੋ ਗਿਆ ਸੀ। ਮੇਰੇ ਵਾਲਦ ਸਾਹਿਬ ਨੇ ਦੂਸਰੀ ਸ਼ਾਦੀ ਕੀਤੀ ਸੀ। ਉਹ ਦੂਸਰੀ ਵਾਲਦਾ ਸੀ, ਉਹ ਵੀ ਸਾਡੀ ਮਾਂ ਹੀ ਸੀ, ਮਾਂ ਤੋਂ ਵੀ ਜ਼ਿਆਦਾ ਇੱਜ਼ਤ ਕਰਦੇ ਸੀ ਅਸੀਂ। ਅਤੇ ਉਹ ਜਿੰਦਾ ਸੀ, ਉਹ ਵੀ ਬੜੀ ਖੁਸ਼ ਹੋਈ। ਕਿਵੇਂ ਦਾ ਉਹਨਾਂ ਨੂੰ ਲੱਗਿਆ ਜਦੋਂ? ਹਾਂ, ਜਾ ਕੇ ਬਾਪ, ਉਹ ਬੜੀ ਅਜੀਬ ਜਿਹੀ ਖੁਸ਼ੀ ਹੋ ਗਈ ਘਰ ਦੇ ਵਿੱਚ ਕਿ ਵੀ ਸਾਡਾ ਭਾਈ ਆ ਗਿਆ, ਇਹ ਹੋ ਗਿਆ। ਇੱਥੇ ਰੂਟੀਨ ਦੀ ਲਾਈਫ 'ਚ ਕਈ ਹਾਦਸਾ ਹੋਏ 90 ਸਾਲ ਦੀ ਜ਼ਿੰਦਗੀ ਦੇ ਵਿੱਚ। ਤੁਹਾਨੂੰ ਪਤਾ ਕਿ ਇਹ ਕਿਤਾਬਾਂ ਲਿਖੀਆਂ ਜਾ ਸਕਦੀਆਂ ਬੰਦਿਆਂ ਦੇ ਹਾਦਸਾਤ ਔਰ ਵਾਕਿਆ ਜੀ। ਲਓ, ਸ੍ਰੀ ਗੋਬਿੰਦਪੁਰ ਤੋਂ ਟੁਰਨ ਵਾਲਾ ਇੱਕ ਬੱਚਾ ਜਿਹੜਾ ਜਿਹਦਾ ਅੱਗਾ ਸੀ ਨਾ ਪਿੱਛਾ ਸੀ, ਅਤੇ ਅੱਜ ਉਹ ਮਾਸ਼ਾਅੱਲਾ ਇੱਕ ਮਿਸਾਲ ਹੈ ਪਾਕਿਸਤਾਨੀ ਮੁਆਸ਼ਰੇ ਦੀ। 4 ਤੋਂ 5 ਦਫ਼ਾ ਪਾਕਿਸਤਾਨ ਦੇ ਸਦਰ ਕੋਲੋਂ ਐਵਾਰਡ ਲੈ ਚੁੱਕਿਆ ਅਤੇ ਸਾਡੇ ਦੇਖਣ ਵਾਲੇ ਜਿਹੜੇ ਚੜ੍ਹਦੇ ਪੰਜਾਬ ਤੋਂ ਨੇ, ਸ੍ਰੀ ਗੋਬਿੰਦਪੁਰ ਜ਼ਿਲ੍ਹਾ ਬਟਾਲਾ ਤੋਂ, ਅਗਰ ਕੋਈ ਇਹਨਾਂ ਦਾ ਯਾਰ ਮੱਲੇਦਾਰ ਮਿਲੇ, ਮਿਆਣੀ ਪਠਾਣਾ ਦੀ, ਹੁਸ਼ਿਆਰਪੁਰ 'ਚ ਇਹਨਾਂ ਦੇ ਨਾਨਕਿਆਂ ਦਾ ਪਿੰਡ ਸੀ ਮਿਆਣੀ ਪਠਾਣਾ ਦੀ, ਅਤੇ ਜਿਹੜਾ ਮਿਆਣੀ ਪਠਾਣਾ ਦੀ ਸੀ ਉੱਥੋਂ ਦਾ ਵੀ ਕੋਈ ਹੁਲੀਆ ਪਤਾ ਪਿੰਡ ਕਿੱਦਾਂ? ਹਾਂਜੀ, ਇੱਕੋ ਹੀ ਗੱਲ ਸੀ, ਉਹ ਮਿਆਣੀ ਪਠਾਣਾ ਦੀ ਔਰ ਇੱਕ ਮਿਆਣੀ ਸੀ ਭੱਗੂਪੁਰਾਂ ਦੀ। ਅੱਛਾ। ਦੋ ਮਿਆਣੀਆਂ। ਇਹ ਉਰਬਰ ਟਾਂਡਾ ਇੱਕ ਰੇਲਵੇ ਸਟੇਸ਼ਨ ਸੀ, ਉਰਬਰ ਟਾਂਡਾ ਉਹਦੇ ਨੇੜੇ ਸੀ। ਹਾਂਜੀ, ਉੱਥੋਂ ਇੱਧਰ ਨੂੰ ਆਈਏ ਅਤੇ ਰਸਤੇ 'ਤੇ ਇੱਕ ਪੱਕਾ ਪੁਲ ਹੁੰਦਾ ਸੀ,
ਬਈ ਤੇ ਬਈ ਇੱਕ ਨਹਿਰ ਸੀ ਉਹਦੇ ਉੱਤੇ ਪੁਲ ਸੀ ਅਤੇ ਉੱਥੇ ਲੜਾਈਆਂ ਹੋਈਆਂ ਸੀ ਅਤੇ ਕਹਾਵਤ ਬਣੀ ਸੀ ਪੱਕੇ ਪੁਲ 'ਤੇ ਲੜਾਈਆਂ ਹੋਈਆਂ ਅਤੇ ਸ਼ਵੀਆਂ ਦੇ ਕਿਲ ਟੁੱਟ ਗਏ ਹਾਂਜੀ ਇਹ ਇਹ ਯਾਨੀ ਇੰਨੀ ਜ਼ਬਰਦਸਤ ਮੁਸਲਮਾਨਾਂ ਦੀ ਅਤੇ ਸਿੱਖਾਂ ਦੀ ਆਪਸ 'ਚ ਲੜਾਈ ਹੋਈ ਸੀ ਮੇਰੇ ਬੱਚਿਆਂ ਦਾ ਤੁਸੀਂ ਨਹੀਂ ਪੁੱਛਿਆ ਕਿ ਮੇਰੇ ਬੱਚੇ ਕਿੰਨੇ ਨੇ ਕਿਉਂਕਿ ਉਹ ਮੇਰੇ ਨਾਲ ਲੜਨਗੇ ਕਿ ਅੱਬਾ ਜੀ ਆਪਣੀਆਂ ਤਾਂ ਗੱਲਾਂ ਦੱਸਦੇ ਨੇ ਸਾਡੀਆਂ ਗੱਲਾਂ ਦੱਸਦੀਆਂ ਅਤੇ ਸਾਡੀਆਂ ਗੱਲਾਂ ਨਹੀਂ ਦੱਸੀਆਂ ਇੱਕ ਬੱਚਾ ਮੇਰਾ ਡਾਕਟਰ ਆ ਉਹ ਬਰੋਨੋਈ 'ਚ ਹੁੰਦੇ ਆ ਬਰੋਨਾਈ ਦੇ ਵਿੱਚ ਤੁਹਾਡਾ ਬੇਟਾ ਡਾਕਟਰ ਹੈ ਡਾਕਟਰ ਆ ਨਮਾਜ਼ੀ ਪਰਹੇਜ਼ਗਾਰ ਔਰ ਤਹੱਜਤ ਗੁਜ਼ਾਰ ਆਦਮੀ ਆ ਅੱਲਾ ਦੀ ਮਿਹਰਬਾਨੀ ਇੱਕ ਬੱਚਾ ਪੁਲਿਸ ਡਿਪਾਰਟਮੈਂਟ 'ਚ ਆ ਉਹ ਨਵਾਬ ਸ਼ਾਹ ਸਭ ਤੋਂ ਛੋਟਾ ਅਮਜਦ ਇਕਬਾਲ ਨਾਂ ਉਹਨਾਂ ਦਾ ਉਹ ਡੀ ਆਈ ਜੀ ਆਫਿਸ ਦੇ ਵਿੱਚ ਇਨਕੁਆਇਰੀ ਅਫਸਰ ਆ ਅਤੇ ਉਹ ਔਰ ਤੀਸਰਾ ਬੇਟਾ ਸਭ ਤੋਂ ਵੱਡਾ ਜਿਹੜਾ ਬੇਟਾ ਹੈ ਉਹ ਮਹਿਮੂਦ ਇਕਬਾਲ ਆ ਉਹ ਕਰਾਚੀ ਕੰਸਟਰਕਸ਼ਨ ਦਾ ਕੰਮ ਕਰਦਾ ਬੜਾ ਮਿਹਨਤੀ ਔਰ ਉਹਨੇ ਵੀ ਆਪਣੀ ਮਿਹਨਤ ਨਾਲ ਮਤਲਬ ਕਿ ਰੱਬ ਦੀ ਮਿਹਰ ਹੈ ਤੁਹਾਡੇ ਮੇਰੇ ਬੜੀ ਮਿਹਰਬਾਨੀ ਆ ਔਰ ਮੇਰਾ ਖਿਆਲ ਆ ਕਿ ਮੈਂ ਮੇਰੇ ਵਰਗਾ ਆਜ਼ਾਦ ਔਰ ਖੁਸ਼ ਅਖਲਾਕ ਔਰ ਮੇਰੇ ਨਾਲ ਜਿਹੜਾ ਨਾ ਤੁਸੀਂ ਇੰਟਰਵਿਊ ਕੀਤਾ ਗੁਲਾਮ ਹੁਸੈਨ ਜੂਨੋ ਜੀ ਇਹ ਮੈਂ ਹੈ ਤਾਂ ਮੇਰਾ ਦੋਸਤ ਲੇਕਿਨ ਸਾਡਾ ਫੈਮਿਲੀ ਮੈਂਬਰ ਆ ਮੇਰੀਆਂ ਅੱਖਾਂ ਇਹੋ ਹੀ ਆ ਇਹਦੇ ਬਗੈਰ ਮੇਰੇ ਘਰ ਵਾਲੇ ਮੈਨੂੰ ਛੱਡਦੇ ਹੀ ਨਹੀਂ ਗੇ ਹਾਂ ਅਤੇ ਮੈਂ ਖਾਸ ਤੌਰ 'ਤੇ ਤਿੰਨ ਬੇਟੇ ਦੱਸੇ ਨੇ ਤਿੰਨ ਬੇਟੇ ਇੱਕ ਬੇਟੀ ਸੀ ਉਹਨਾਂ ਦਾ ਇੰਤਕਾਲ ਹੋ ਗਿਆ ਰੱਬ ਨੂੰ ਪਿਆਰੀ ਹਾਂ ਉਹਦੇ ਬੱਚੇ ਹਨ ਬਾਕੀ ਅੱਲਾ ਦੀ ਮਿਹਰਬਾਨੀ ਆ ਤਿੰਨੋਂ ਬੱਚੇ ਮੇਰੇ ਬੜੇ ਖੁਸ਼ਹਾਲ ਔਰ ਬੜੇ ਖੁਸ਼ੋ ਖੁਰਮ ਜ਼ਿੰਦਗੀ ਗੁਜ਼ਾਰ ਰਹੇ ਆ ਔਰ ਮੈਨੂੰ ਫੁੱਲਾਂ ਵਰਗੂ ਉਹਨਾਂ ਨੇ ਰੱਖਿਆ ਹੋਇਆ ਬੜੀ ਰੱਬ ਦੀ ਬੜੀ ਅਤਾ ਹੈ ਅਤੇ ਮੈਂ ਮਸ਼ਕੂਰ ਹਾਂ ਮੀਆਂ ਰਿਆਜ਼ ਸਾਹਿਬ ਦਾ ਕਿ ਇਹ ਮੇਰੀ ਹਮੇਸ਼ਾ ਪੰਜਾਬ 'ਚ ਰਹਿ ਕੇ ਔਰ ਇੱਕ ਨਾਮ ਹੈ ਦੋ ਨਾਂ ਸਕਾਊਟਿੰਗ ਦੇ ਹਵਾਲੇ 'ਚ ਜਿਨ੍ਹਾਂ ਨੇ ਪੰਜਾਬ 'ਚ ਰਹਿ ਕੇ ਸਿੰਧ ਦੀ ਸਕਾਊਟਿੰਗ ਨੂੰ ਤਰੱਕੀ ਦਿੱਤੀ ਆ ਇੱਕ ਮੀਆਂ ਸਾਹਿਬ ਨੇ ਮੀਆਂ ਸਾਹਿਬ ਤੋਂ ਇੱਕ ਤਾਰਕ ਕੁਰੈਸ਼ੀ ਔਰ ਆਦਲ ਫਾਰੂਕ ਅਬਦੁੱਲਾ ਜਹਾਂ ਜ਼ੇਬ ਰਫ ਰਾਜਾ ਆਪਣਾ ਰਾਣਾ ਅਖਤਰ ਇਹ ਸਕਾਊਟਿੰਗ ਦੇ ਇੱਥੇ ਪੰਜਾਬ ਨੇ ਹਾਂ ਉਹ ਇਸ ਵਾਸਤੇ ਕਿ ਸੈਂਟਰ ਆ ਘੋੜਾ ਗਲੀ ਇਹ ਸੈਂਟਰ ਦੀ ਵਜ੍ਹਾ ਤੋਂ ਸਕਾਊਟਿੰਗ ਨੇ ਥੋੜ੍ਹੀ ਬਹੁਤ ਕੋਈ ਓਕੇਜਨਲੀ ਸਹੀ ਲੇਕਿਨ ਖਿਦਮਤ ਕਰ ਰਹੇ ਆ ਅਤੇ ਇਹਨਾਂ ਦੀ ਵਜ੍ਹਾ ਤੋਂ ਵੀ ਸਾਡੇ ਸਿੰਧ ਦੇ ਆਉਂਦੇ ਜਾਂਦੇ ਪ੍ਰਾਹੁਣਿਆਂ ਦੀ ਹਾਂ ਹਾਂ ਬਸ ਸਟੇਸ਼ਨ ਤੋਂ ਲੈਂਦੇ ਨੇ ਨਹੀਂ ਬਹੁਤ ਕੁਛ ਕਰਦੇ ਆ ਅਸੀਂ ਥੋੜ੍ਹੇ ਜਿਹੇ ਵਕਤ ਨਾਲ ਇੰਨੀਆਂ ਗੱਲਾਂ ਦੱਸ ਨਹੀਂ ਸਕਦੇ ਚਲੋ ਜੀ ਅੱਲਾ ਪਾਕ ਤੁਹਾਨੂੰ ਸਿਹਤ ਦੇਵੇ ਸਲਾਮਤ ਰੱਖੇ ਬੜੀ ਮਿਹਰਬਾਨੀ ਸਰ ਅੱਲਾ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਚੈਨਲ ਦਾ ਵੀ ਸ਼ੁਕਰੀਆ ਔਰ ਤੁਹਾਡਾ ਵੀ ਸ਼ੁਕਰੀਆ ਤੁਹਾਡੀ ਟੀਮ ਦਾ ਸ਼ੁਕਰੀਆ ਕਿ ਤੁਸੀਂ ਸਾਨੂੰ ਇੱਜ਼ਤ ਬਖਸ਼ੀ ਔਰ ਇਸ ਦੁਆ ਨਾਲ ਕਿ ਮੀਆਂ ਸਾਹਿਬ ਨੂੰ ਵੀ ਅੱਲਾ ਤਾਲਾ ਸਿਹਤਮੰਦ ਜ਼ਿੰਦਗੀ ਦੇ ਬਾਕੀ ਠੀਕ ਹੈ